ਸ੍ਰੀਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਸੰਦੀਪ ਜੁਨੇਜਾ। ਅੱਜ ਹਨ ਮੇਰੇ ਨਾਲ ਸਾਊਥ ਇੰਡੀਅਨ ਫਿਲਮ ਇੰਡਸਟਰੀ ਦੇ ਸੁਪਰ ਵਿਲਨ ਦੇਵ ਸਿੰਘ ਗਿੱਲ। ਇਹਨਾਂ ਦੀ ਫਸਟ ਪੰਜਾਬੀ ਮੂਵੀ ਰਿਲੀਜ਼ ਹੋ ਰਹੀ ਹੈ, ਸਾਡੇ ਸੀਐਮ ਸਾਹਿਬ। ਹਾਏ ਦੇਵ ਸਿੰਘ ਜੀ, ਕੀ ਹਾਲ ਹੈ? ਕੌਣ ਕਹਿੰਦਾ ਵਿਲਨ ਹੈਗਾ? ਮੈਂ ਤਾਂ ਸੀਐਮ ਹੈਗਾ। ਅੱਛਾ, ਇਹ ਗਲਤ ਇੰਟਰੋਡਕਸ਼ਨ ਹੈਗਾ, ਵਿਲਨ ਨਹੀਂ ਹੈਗਾ, ਮੈਂ ਤਾਂ ਫਿਲਮ ਦਾ ਇੱਕ ਹੀਰੋ ਹੈਗਾ। ਇਹ ਫਿਲਮ ਪੂਰੇ ਕਿਰਦਾਰ 'ਤੇ ਬੇਸਡ ਹੈਗੀ। ਆਈ ਐਮ ਵਨ ਆਫ ਦਾ ਇੰਪੋਰਟੈਂਟ ਕਿਰਦਾਰ। ਠੀਕ ਹੈ। ਔਰ ਜਿਵੇਂ ਪਬਲਿਕ ਨੂੰ ਪਤਾ ਹੈ, ਜੇ ਅਗਰ ਤੁਹਾਡਾ ਵੋਟ ਮੈਨੂੰ ਨਹੀਂ ਮਿਲਿਆ ਤਾਂ ਤੁਹਾਨੂੰ ਪਤਾ ਹੈ ਕਿ ਮੈਂ ਕੀ ਕਰਾਂਗਾ। ਸੋ ਪਲੀਜ਼, ਮੈਂ ਚਾਹੁੰਦਾ ਹਾਂ ਸਾਰੇ ਦਰਸ਼ਕਾਂ ਮੈਨੂੰ ਸਪੋਰਟ ਕਰੇ, ਮੈਨੂੰ ਵੋਟ ਕਰੇ, ਮੈਨੂੰ ਪੰਜਾਬ ਫਿਲਮ ਇੰਡਸਟਰੀ ਦਾ ਸੀ ਐਮ ਬਣਾ ਦਿਓ। ਬਿਲਕੁਲ, ਸਾਡੀ ਹੋਪਸ ਤਾਂ ਇਹੀ ਹੈ ਜੀ, ਕਿਉਂਕਿ ਦਮਦਾਰ ਐਕਟਿੰਗ ਇਹਨਾਂ ਦਾ ਇੱਕ ਮੇਨ USP ਹੈ। ਅਤੇ ਤੁਸੀਂ ਦੇਖਿਆ ਹੋਣੀ ਸਾਊਥ ਇੰਡੀਆ ਦੀ, ਅਗਰ ਤੁਸੀਂ ਮੂਵੀਜ਼ ਦੇ ਫੈਨ ਹੋ, ਕੁਛ ਮੂਵੀਜ਼ ਤੁਸੀਂ ਦੇਖਿਆ ਹੋਣਾ। ਕਾਜਲ ਅਗਰਵਾਲ ਦੇ ਨਾਲ ਇਹਨਾਂ ਦੀ ਇੱਕ ਮੂਵੀ ਆਈ ਸੀਗੀ, ਯਵਾਦੂ। ਇਟਸ ਕਾਲਡ ਯਵਡੂ। ਯਵਡੂ, ਸੋ ਆਈ ਐਮ ਸੋਰੀ, ਵੀ ਹੈ ਪੰਜਾਬੀ, ਸੋ ਵੀ ਡੋਂਟ ਨੋ। ਕੋਈ ਗੱਲ ਨਹੀਂ। ਉਸ ਮੂਵੀ ਦੇ ਵਿੱਚ ਤੁਹਾਡਾ ਇੱਕ ਵਿਲੇਨੀਅਸ ਕਿਰਦਾਰ ਸੀਗਾ। ਉੱਥੇ ਸਭ ਜਗ੍ਹਾ, ਸਾਰੀ ਫਿਲਮਾਂ 'ਚ ਵਿਲੇਨੀਅਸ ਹੀ ਹੈਗਾ। ਵਿਲੇਨੀਅਸ ਨਹੀਂ ਹੈ। ਮਗਧੀਰਾ ਵਿੱਚ ਵੀ ਸੀਗੇ ਤੁਸੀਂ? ਸੀ, ਇਹ ਜੋ ਰੋਲਸ ਕਰਦਾ ਹਾਂ ਮੈਂ ਸਾਊਥ 'ਚ, ਇਹ ਵਿਲਨ ਵਿਲਨ ਨਹੀਂ ਰਹਿੰਦੇ, ਇਹ ਐਂਟੀ ਹੀਰੋ ਰੋਲਸ ਰਹਿੰਦੇ ਹੈਗੇ, ਜਿੱਥੇ ਟ੍ਰਾਇੰਗਲ ਲਵ ਸਟੋਰੀ ਰਹਿੰਦੀ ਹੈ। ਜਿਵੇਂ ਸ਼ਾਹਰੁਖ ਖਾਨ ਨੇ ਬਾਲੀਵੁੱਡ 'ਚ ਐਂਟਰੀ ਕੀਤੀ ਸੀ ਡਰ ਬਾਜ਼ੀਗਰ, ਉਵੇਂ ਮੈਂ ਹਰ ਰੀਜਨ 'ਚ ਐਂਟੀ ਹੀਰੋ ਦੇ ਤੌਰ 'ਤੇ ਮੈਂ ਐਂਟਰ ਕਰਦਾ ਹਾਂ। ਅੱਜ ਸਾਡੇ ਸੀਐਮ ਸਾਹਿਬ ਵੀ ਇੱਕ ਐਂਟੀ ਹੀਰੋ ਸਬਜੈਕਟ ਹੀ ਹੈਗਾ, ਜਿੱਥੇ ਹੀ ਇਜ਼ ਵੈਰੀ ਪਾਵਰਫੁਲ ਕੈਰੈਕਟਰ, ਮੋਰ ਇੰਪੋਰਟੈਂਟ ਦੈਨ ਅ ਹੀਰੋ। ਗਾਣਾ ਹੈਗਾ, ਪਹਿਲੀ ਵਾਰ ਪੰਜਾਬ 'ਚ ਆਈ ਡੋਂਟ ਥਿੰਕ ਸੋ ਕੋਈ ਸਿਕਸ ਪੈਕਸ ਨਾਲ ਆਇਆ ਹੈਗਾ। ਮੇਰ ਬੇਸਿਕਲੀ ਮੈਂ ਥੋੜ੍ਹਾ ਸਿੰਪਲ ਬੰਦਾ ਹੈਗਾ, ਮੈਂ ਸਿਰਫ ਇਹ ਕਹਿਣ ਚਾਹੁੰਦਾ ਹਾਂ ਕਿ ਬਹੁਤ ਮਿਹਨਤ ਕੀਤੀ ਸੀ ਇਹ ਫਿਲਮ ਦਾ ਗਾਣਾ ਜੋ ਹੈਗਾ। 3 ਮਹੀਨੇ ਵੀ ਹੈਡ ਟੂ ਵਰਕ ਸੋ ਹਾਰਡ ਕਿ ਪਹਿਲੀ ਵਾਰ ਪੰਜਾਬ 'ਚ ਵੀ ਕੁਡ ਕ੍ਰੀਏਟ ਅ ਹਿਸਟਰੀ। ਇੱਕ ਵਿਲਨ 'ਤੇ ਗਾਣਾ ਜਾਂ ਐਂਟੀ ਹੀਰੋ 'ਤੇ ਗਾਣਾ ਦਿੱਤਾ ਹੈ ਤਾਂ ਦੂਜੇ ਲੈਵਲ ਦਾ ਗਾਣਾ ਹੋਣਾ ਚਾਹੀਦਾ। ਇਹ ਮੇਰੇ ਪ੍ਰੋਡਿਊਸਰ ਦਾ ਕੰਸੈਪਟ ਸੀਗਾ। ਤਾਂ ਤੁਸੀਂ ਸਾਰੇ ਮੇਰਾ ਗਾਣਾ ਦੇਖੋ, ਸ਼ੇਰਾਂ ਦਾ ਰਾਜ, ਡੂ ਲੈਟ ਮੀ ਨੋ ਕਿਵੇਂ ਲੱਗਿਆ। ਦੈਟਸ ਇਟ। ਔਰ ਕਿੰਨਾ ਟਾਈਮ ਲੱਗ ਗਿਆ ਪੰਜਾਬੀ ਸਿੱਖਣ ਨੂੰ? ਪੰਜਾਬੀ ਤਾਂ ਘਰੇ ਬੋਲਦੇ ਹੀ ਸੀਗੇ, ਮੇਰੀ ਦਾਦੀ ਮੇਰੇ ਡੈਡੀ ਤੋਂ ਠੇਠ ਪੰਜਾਬੀ ਗੱਲ ਕਰਦੇ, ਪਰ ਬੋਂਬੇ 'ਚ ਰਹਿੰਦੇ ਜਾਂ ਸਾਊਥ ਜਾਂਦੇ ਤਾਂ ਉੱਥੇ ਹਾਰਡਲੀ ਪੰਜਾਬੀ ਗੱਲ ਕਰਦੇ, ਯੂ ਸਪੀਕ ਇੰਗਲਿਸ਼ ਔਰ ਦਿਆ ਲੈਂਗੁਏਜ। ਬਟ ਮੇਰੇ ਕੇਸ 'ਚ ਇੱਥੇ ਆ ਕੇ ਜੋ ਠੇਠਪਣਾ, ਉਹ ਮੈਂ ਮੇਰੇ ਸ਼ੂਟਿੰਗ ਦੇ ਦੌਰਾਨ ਸਿੱਖਿਆ। ਅਤੇ ਕਿੰਨੇ ਤੁਹਾਡੀ ਹੈਲਪ ਕੀਤੀ ਹੈ, ਮਾਨ ਸਾਹਿਬ ਨੇ ਜਾਂ ਘੁੱਗੀ ਭਾਅ ਜੀ ਨੇ? ਸਾਰਿਆਂ ਨੇ, ਮਾਨ ਸਾਹਿਬ ਵੀ, ਘੁੱਗੀ ਭਾਅ ਜੀ ਵੀ। ਇਨਫੈਕਟ ਮੈਂ ਟਿਊਟਰ ਰੱਖਿਆ ਸੀ ਜੋ 24 ਘੰਟੇ ਮੇਰੇ ਨਾਲ ਹੀ ਰਹਿੰਦਾ ਸੀ। ਹਾਂਜੀ, ਉਹ ਤੁਹਾਨੂੰ ਡਾਇਲੈਕਟ ਡਿਲੀਵਰੀ ਵੀ ਥੋੜ੍ਹਾ ਜਿਹਾ ਪੋਲਿਸ਼ ਕਰਕੇ ਬਤਾ ਸਕਦੇ ਸੀ? ਬੇਸਿਕਲੀ ਡਾਇਲੋਗ ਡਿਲੀਵਰੀ ਤਾਂ ਮੈਨੂੰ ਆਉਂਦੀ ਹੈ, ਮਤਲਬ ਮੇਰਾ ਇੱਕ ਅੰਦਾਜ਼ ਹੈਗਾ। ਬਟ ਮੈਂ ਉਹੀ ਕਹਿ ਰਿਹਾ ਹਾਂ, ਅੱਜ ਤੱਕਰ ਪੰਜਾਬ 'ਚ ਤੁਸੀਂ ਸਿੰਗਰਸ ਨੂੰ ਦੇਖਿਆ ਹੈਗਾ ਐਕਟਿੰਗ ਕਰਦੇ, ਪਰ ਅੱਜ ਪਹਿਲੀ ਵਾਰ ਇੱਕ ਐਕਟਰ ਨੂੰ ਦੇਖੇਂਗੇ ਤੁਸੀਂ ਐਕਟਿੰਗ ਕਰਦੇ। ਇੱਕ ਹੈਂਡਸਮ ਹੰਕ ਐਂਟਰ ਕਰ ਗਿਆ ਹੈ ਪੰਜਾਬੀ ਇੰਡਸਟਰੀ ਦੇ ਵਿੱਚ, ਸਾਊਥ ਇੰਡੀਆ ਤੋਂ ਡਾਇਰੈਕਟ ਫਲਾਈਟ ਪਕੜ ਕੇ। ਅਤੇ ਆਪਾਂ ਹੋਪ ਕਰਦੇ ਹਾਂ ਕਿ ਇਹਨਾਂ ਨੂੰ ਕੁਝ ਪੋਜ਼ਿਟਿਵ ਰੋਲਸ ਵੀ ਅੱਗੇ ਜਾ ਕੇ ਮਿਲਣਗੇ, ਆਈ ਸੁਪੋਜ਼, ਕਿਉਂਕਿ ਇਹਨਾਂ ਦੀ ਐਕਟਿੰਗ ਇੱਥੇ ਵੀ ਦਮਦਾਰੀ ਹੋਏਗੀ, ਬਿਕੋਜ਼ ਸਾਊਥ ਇੰਡੀਅਨ ਦੇ ਸੁਪਰ ਮੰਨੇ ਹੋਏ ਕਲਾਕਾਰ ਨੇ। ਐਂਡ ਮੈਨੂੰ ਨਹੀਂ ਲੱਗਦਾ ਕਿ ਪੰਜਾਬ 'ਚ ਪਹਿਲੀ ਵਾਰ ਕੋਈ, ਮੀਨਸ ਮੇਰੇ ਪ੍ਰੋਡਿਊਸਰ ਦਾ ਕਹਿਣਾ, ਪਹਿਲੀ ਵਾਰ ਉਹਨਾਂ ਨੇ ਐਵੇਂ ਇੱਕ ਕੈਰੈਕਟਰ ਨੂੰ ਲਾਂਚ ਕੀਤਾ ਹੈਗਾ ਜੋ ਹੋਪਸ ਤੁਹਾਡਾ ਸਾਰਿਆਂ ਦਾ ਦਿਲ ਜਿੱਤੇ। ਇੱਕ ਗਾਣਾ ਸ਼ੂਟ ਕੀਤਾ ਹੈ ਮੇਰੇ 'ਤੇ, ਸਾਰੇ ਗਾਣਾ ਇੰਜੋਏ ਕਰੋ, ਬਹੁਤ ਮਿਹਨਤ ਕੀਤੀ ਹੈ ਫਿਲਮਾਂ 'ਚ। ਮੈਂ ਇਹ ਨਹੀਂ ਕਹੂੰਗਾ ਕਿ ਆਈ ਐਮ ਗੁੱਡ ਐਕਟਰ, ਆਈ ਐਮ ਬੈਡ ਐਕਟਰ। ਸਾਰੇ ਦੇਖੋ ਔਰ ਤੁਸੀਂ ਸਾਰੇ ਮੈਨੂੰ ਫੇਸਬੁੱਕ 'ਤੇ ਕੋਂਟੈਕਟ ਕਰਕੇ ਦੱਸੋ ਵੈਦਰ ਆਈ ਐਮ ਗੁੱਡ ਔਰ ਬੈਡ। ਸਾਰੇ ਜਾ ਕੇ ਦੇਖੋ ਜੀ, ਸਾਡੇ ਸੀਐਮ ਸਾਹਿਬ ਦੇਵ ਸਿੰਘ ਗਿੱਲ ਜੀ ਨੂੰ ਦੇਖੋ। ਉਹਨਾਂ ਦੀ ਇੰਟਰੋਡਕਸ਼ਨ ਮੈਂ ਗਲਤ ਦਿੱਤੀ ਹੋਏਗੀ, ਲੇਕਿਨ ਉਹਨਾਂ ਦੀ ਐਕਟਿੰਗ ਬਾਰੇ ਮੈਂ ਬਿਲਕੁਲ ਗਲਤ ਨਹੀਂ ਕਿਹਾ, ਬਹੁਤ ਹੀ ਅੱਛਾ ਰਹੇਗਾ। ਤਾਂ ਆਲ ਦ ਬੈਸਟ। ਥੈਂਕ ਯੂ, ਆਲ ਦੀ ਬੈਸਟ ਬ੍ਰਦਰ। ਅਤੇ ਸਾਰਿਆਂ ਨੂੰ ਪਤਾ ਹੈ, ਵੋਟ ਅਗਰ ਮੈਨੂੰ ਨਹੀਂ ਮਿਲਿਆ ਤਾਂ ਪਤਾ ਹੈ ਤੁਹਾਨੂੰ ਮੈਂ ਕੀ ਕਰੂੰਗਾ। ਥੈਂਕ ਯੂ, ਆਈ ਲਵ ਯੂ। ਤੁਹਾਨੂੰ ਪਤਾ ਕਿ ਇਹ ਕੀ ਕਰਨਗੇ। ਥੈਂਕ ਯੂ ਸੋ ਮਚ ਦੇਵ।